ਪਰੇ ਹੋ ਜਾ ਭਰਾਵਾ। ਕੀ ਗੱਲ ਆ, ਹੌਲੀ ਆ ਜਾ, ਤੂੰ ਬੜਾ ਭੱਜਾ ਹੁੰਦਾ ਚੇਨਈ ਐਕਸਪ੍ਰੈਸ ਵਾਂਗੂ। ਉਹ ਚੇਨਈ ਐਕਸਪ੍ਰੈਸ ਦਾ ਤੇ ਨਹੀਂ ਮੈਨੂੰ ਪਤਾ, ਜਿੰਨੀ ਕਾਲੀ ਮੈਨੂੰ ਆਈ ਆ ਨਾ, ਇਹਨੇ ਸਾਰੇ ਫਾਟਕ ਤੋੜ ਦੇਣੇ ਆ। ਭਰਾ ਜਾ, ਮੈਨੂੰ ਬੜੀ ਐਮਰਜੈਂਸੀ ਓ। ਲੰਘ ਜਾ ਲੰਘ ਜਾ ਮਾਮਾ। ਉਹ ਬਬਲੂ ਕਿੰਨਾ ਕੁ ਟਾਈਮ ਲੱਗਣਾ ਵਾ? ਉਹ ਕਿਉਂ, ਹੁਣੇ ਤੇ ਨਿਕਲ ਕੇ ਗਿਆ ਸੀ, ਰਹਿ ਗਿਆ ਤੇਰਾ ਕੋ ਅੰਦਰ? ਉਹ ਭਰਾਵਾ ਰਹਿ ਤੇ ਕੁਛ ਨੀ ਗਿਆ ਅੰਦਰ, ਆ ਜਿਹੜੀ ਐਮਰਜੈਂਸੀ ਤੈਨੂੰ ਪਈ ਸੀ ਉਹ ਫਿਰ ਪੈ ਗਈ ਆ ਮੈਨੂੰ ਵੀ। ਉਹ ਛੇਤੀ ਬਾਹਰ ਆ ਜਾ ਭਰਾਵਾ, ਨਹੀਂ ਰੁਕਿਆ ਜਾਣ ਡਿਆ ਬਾਹਰ। ਬਬਲੂ ਓਏ ਆ ਜਾ ਹੁਣ, ਬਬਲੂ ਓ ਬਬਲੂ। ਓ ਯਾਰ, ਇੱਕ ਤਾਂ ਤੂੰ ਬੜੀ ਜਾਨ ਦੁਖੀ ਕੀਤੀ ਆ। ਓ ਮਾਮਾ ਬਾਹਰ ਆ, ਕਿੰਨਾ ਨੇਰ ਪਾਇਆ ਈ ਓ। ਜਾ ਤੇਰੀ ਯਾਰੀ ਖਾਤਰ ਨਾ ਆ ਮੈਂ ਕਾਰਵਾਈ ਆਪਣੀ ਵਿੱਚੇ ਛੱਡ ਕੇ ਆਈ ਆ। ਉਹ ਫਿਰ ਕੀ ਆ ਯਾਰ, ਇੰਨੀਆਂ ਕਿਤੇ ਯਾਰੀਆਂ ਨਿਭਾਉਣੀਆਂ ਪੈਂਦੀਆਂ ਹੁੰਦੀਆਂ ਵਾ। ਹਾਂ ਸੈੱਟ ਸੈੱਟ ਕਾਹਦਾ ਵਾ ਭਰਾਵਾ, ਆ ਪ੍ਰੀਤੀ ਦੀ ਮੈਗੀ ਨੇ ਤਾਂ ਹਿਲਾ ਕੇ ਰੱਖਤਾ, ਮੈਨੂੰ ਲੱਗਦਾ ਮਿੱਠਾ ਸੋਡਾ ਪਾਤਾ ਉਹਨੇ ਵਿੱਚ। ਹੁਣ ਫਿਰ ਕੀ ਕਰੀਏ, ਮੇਰਾ ਤਾਂ ਫਿਰ ਜਾਣ ਦਾ ਪ੍ਰੋਗਰਾਮ ਬਣ ਗਿਆ ਯਾਰ। ਮੈਂ ਤਾਂ ਆਪ ਚਾਰ ਵਾਰ ਗੱਡੀ ਖਾਲੀ ਕਰ ਆਇਆ। ਹੁਣ ਫਿਰ ਯਾਰ ਖਾਰਾ ਲਿਆਈਏ ਬੋਤਲ ਇੱਕ, ਖਾਰੇ ਨਾਲ ਰੁਕ ਜੂ। ਉਹ ਮਾਮਾ ਖਾਰੇ ਨਾਲ ਖਾਲੀ ਹੋ ਜਾਂਦਾ, ਪੇਟ ਸਾਫ਼ ਹੋ ਜਾਂਦਾ ਵਾ। ਮੈਂ ਤਾਂ ਕਹਿੰਦਾ ਲਾਲ ਰੰਗ ਦੇ ਕੱਛੇ ਲਿਆਈਏ ਦੋ। ਉਹ ਕੀ ਕਰਨੇ ਉਹਨਾਂ, ਰੁਕ ਜੂ। ਹੋਰ ਕੀ ਮਾਮਾ, ਲਾਲ ਰੰਗ ਟ੍ਰੇਨ ਰੋਕ ਦਿੰਦਾ, ਦੱਸ ਇਹ ਨਾ ਰੁਕੂ। ਜਾ ਯਾਰ ਵਿੱਕੀ, ਪਤਾ ਨਹੀਂ ਕਿਹੜੇ ਜਨਮਾਂ ਦਾ ਵੈਰ ਕੱਢਿਆ ਇਹਨੇ। ਓਏ ਪ੍ਰੀਤੀ ਦਾ ਨਹੀਂ ਕਸੂਰ, ਹਾਂ ਉਹ ਇਹ ਸ਼ਰਾਬ ਉਹਨੂੰ ਸੰਦੀਪ ਨੇ ਦਿੱਤਾ ਈ ਓ। ਸੰਦੀਪ ਨੇ ਸ਼ਰਾਬ ਦਿੱਤਾ, ਉਹ ਕਾਲੇ ਬਾਬੇ ਦੀ ਚੇਲੀ ਆ, ਉਹਨੇ ਸ਼ਰਾਬ ਦਿੱਤਾ ਤੁਹਾਨੂੰ ਲੱਗ ਗਿਆ। ਓਏ ਨਹੀਂ, ਕਾਲੇ ਬਾਬੇ ਦੀ ਚੇਲੀ ਦੀ ਨਹੀਂ ਗੱਲ, ਉਹ ਜਦੋਂ ਆਪਾਂ ਮੈਗੀ ਦਾ ਤੜਕਾ ਲੈਣ ਗਿਆ ਸੀ ਨਾ, ਮੈਂ ਜਦੋਂ ਭੇਜਿਆ ਸੀ ਤੇ ਉਹਨੇ ਉੱਥੇ ਮੈਨੂੰ ਸ਼ਰਾਬ ਦਿੱਤਾ ਸੀ, ਉਹ ਡਈ ਸੀ ਕੱਟਣ ਅੰਬੀਆਂ ਤੇ ਮੈਂ ਖਾ ਕੇ ਗਿਆ ਸੀ। ਮੈਂ ਇਹ ਤੇ ਬੜੀਆਂ ਖੱਟੀਆਂ, ਕਹਿੰਦੀ ਤੁਹਾਨੂੰ ਪਚਣੀ ਨਾ, ਤੁਹਾਨੂੰ ਲੱਗ ਜਾਣ ਟੱਟੀਆਂ। ਚੱਲ ਮੰਨਿਆ ਤੂੰ ਤਾਂ ਅੰਬੀ ਖਾਧੀ ਹੋਊ, ਪਰ ਮਾਮਾ ਮੈਨੂੰ ਕਿਹੜੀ ਗੱਲੋਂ ਲੱਗ ਗਈਆਂ ਹੈ, ਕਿਤੇ ਉਹਦੀ ਜ਼ੁਬਾਨ ਤਾਂ ਨਹੀਂ ਕਾਲੀ? ਜ਼ੁਬਾਨ ਕਾਲੀ? ਆਹੋ, ਜਿਹੜੇ ਬੰਦੇ ਦੀ ਜੀਭ ਕਾਲੀ ਹੋਵੇ ਨਾ, ਉਹਦਾ ਵੀ ਸ਼ਰਾਬ ਬੜੀ ਛੇਤੀ ਲੱਗਦਾ ਹੁੰਦਾ ਈ ਓ। ਅੱਛਾ, ਆਹੋ ਇੱਥੇ ਬਹਿ ਫਿਰ ਮੈਂ ਆਉਣਾ। ਕਿੱਧਰ ਚੱਲਿਆ? ਉਹ ਆ ਗਿਆ। ਗੱਲ ਸੁਣ, ਉਹ ਬਬਲੂ ਰੁਕ ਜਾ, ਮੈਂ ਜਾਣਾ ਸੀ ਯਾਰ, ਭੱਜਾ ਹੀ ਜਾਣ ਡਿਆ ਵਾ। ਚੱਲ ਖੜੀ ਮਣਾ ਲੰਮੇ ਪੈ ਜਾ, ਅਸੀਂ ਕੀ ਕਰਨਾ ਫਿਰ।
ਪ੍ਰੀਤੀ ਕੱਲ ਨੂੰ ਰਿਜ਼ਲਟ ਨਿਕਲਣੇ ਆ। ਪਤਾ ਮੈਨੂੰ, ਮੇਰਾ ਵੀ ਪਤਾ ਕਰ ਆਇਓ ਹਾਂ, ਨਾਲ ਵਿੱਕੀ ਨੂੰ ਤੇ ਬਬਲੂ ਨੂੰ ਲੈ ਜੀ। ਸੰਦੀਪ ਤੈਨੂੰ ਚੰਗਾ ਬੜਾ ਪਤਾ ਵਾ ਕਿ ਬਾਹਰ ਗਰਮੀ ਕਿੰਨੀ ਪੈਣ ਡੀ ਆ, ਤੇ ਮੇਥੋਂ ਇੰਨੀ ਖਪਾਈ ਨਹੀਂ ਹੁੰਦੀ ਹੈਗੀ ਕਿ ਮੈਂ ਤੇਰਾ ਵੀ ਰਿਜ਼ਲਟ ਪਤਾ ਕਰਾਂ। ਮੈਂ ਸਿਰਫ ਆਪਣਾ ਰਿਜ਼ਲਟ ਪਤਾ ਕਰਕੇ ਆਉਣਾ ਵਾ, ਤੇ ਰਹੀ ਗੱਲ ਇਹਨਾਂ ਨੂੰ ਨਾਲ ਖੜਨ ਦੀ, ਸੋਚਿਆ ਤੇ ਮੈਂ ਵੀ ਸੀ, ਜੀਤ ਮੇਰਾ ਵੀ ਬੜਾ ਕਰਦਾ ਸੀ, ਪਰ ਮੇਰੀਆਂ ਸਹੇਲੀਆਂ ਨੇ ਨਾ ਸਲਾਹ ਕੈਂਸਲ ਕਰ ਦਿੱਤੀ। ਉਹ ਆਉਂਦੀਆਂ ਨਹੀਂ, ਤੂੰ ਆਈ ਆਪਾਂ ਸਾਰੀਆਂ ਸਹੇਲੀਆਂ ਰਿਜ਼ਲਟ ਤੋਂ ਬਾਅਦ ਨਾ ਰੈਸਟੋਰੈਂਟ ਵਿੱਚ ਪਾਰਟੀ ਕਰਾਂਗੇ, ਅਤੇ ਮੈਂ ਉਹਨਾਂ ਦੇ ਨਾਲ ਜਾਣਾ ਵਾ, ਕਿਉਂਕਿ ਜੇ ਇਹਨਾਂ ਨੂੰ ਮੈਂ ਨਾਲ ਲੈ ਵੀ ਜਾਂਦੀ ਹਾਂ ਨਾ, ਤਾਂ ਉਹ ਉੱਥੇ ਕਿੱਥੇ ਬੈਠੇ ਰਹਿਣਗੇ ਇਕੱਲੇ। ਮੈਂ ਤਾਂ ਕਹਿਣ ਡੀ ਸੀ ਚੱਲ ਜੇ ਤੂੰ ਵਿੱਕੀ ਅਤੇ ਬਬਲੂ ਨਾਲ ਲੈ ਜਾਂਦੀ ਨਾ, ਤੂੰ ਆਪਣਾ ਪਤਾ ਕਰ ਲੈਣਾ ਸੀ, ਇਹਨਾਂ ਨੇ ਮੇਰਾ ਪਤਾ ਕਰ ਲੈਣਾ ਸੀ ਰਿਜ਼ਲਟ ਦਾ। ਅਤੇ ਕੋਈ ਗੱਲ ਨਹੀਂ, ਤੂੰ ਚੱਲ ਜੀ ਆ, ਨਾਲੇ ਆਪਣੀ ਇਸੇ ਬਹਾਨੇ ਨਾਲ ਸਹੇਲੀਆਂ ਨੂੰ ਮਿਲ ਗਿਆ ਸੀ। ਜੇ ਮੈਂ ਚੱਲ ਗਈ ਤਾਂ ਮਗਰੋਂ ਮਾਸੀ ਦਾ ਕਿੱਦਾਂ ਸਰੂਗਾ, ਤੈਨੂੰ ਤਾਂ ਪਤਾ ਹੀ ਆ ਉਹਦਾ ਕਿੰਨਾ ਧਿਆਨ ਰੱਖਣਾ ਪੈਂਦਾ ਆ, ਖਾਣ ਪੀਣ ਤੋਂ ਲੈ ਕੇ ਅਤੇ ਬਹਿਣ ਖਲੋਣ ਤੱਕ ਦਾ ਉਹਦਾ ਸਾਰਾ ਵੇਖਣਾ ਪੈਂਦਾ, ਅਤੇ ਫਿਰ ਉੱਥੇ ਗਈ ਤਾਂ ਟਾਈਮ 'ਤੇ ਲੱਗਣਾ ਹੀ ਆ। ਕਿੰਨਾ ਕੁ ਕਿਤੇ ਉੱਥੇ ਟਾਈਮ ਲੱਗ ਜਾਣਾ ਵਾ, ਅਤੇ ਰੋਟੀ ਪਾਣੀ ਖਵਾਲ ਜੀ ਹਾਂ, ਬਾਕੀ ਕੋਈ ਨਹੀਂ ਮੰਮੀ ਹੈ ਹੀ ਆ, ਐਡੀ ਵੀ ਗੱਲ ਨਹੀਂ ਆ। ਸੰਦੀਪ ਹਾਂ, ਦਾਲ ਲੱਗੀ ਆ ਬਣਾਉਣਾ 'ਚ? ਆਹੋ। ਇੱਦਾਂ ਕਰੀ ਫਿਰ, ਦਾਲ ਥੋੜ੍ਹੀ ਜਿਹੀ ਵੱਧ ਬਣਾ ਲਈ, ਮੈਂ ਤੇ ਵਿੱਕੀ ਨੇ ਵੀ ਖਾਣੀ ਆ। ਉਹ ਇਹ ਤੇ ਮੈਂ ਮਾਸੀ ਵਾਸਤੇ ਬਣਾਉਣੀ ਆ, ਕੱਲਾ ਲੂਣ ਹਲਦੀ ਪਾ ਕੇ, ਇਹਨੂੰ ਤੜਕੇ ਛੜਕੇ ਨਹੀਂ ਲੱਗਣੇ ਜਿੱਦਾਂ ਦੀਆਂ ਤੁਸੀਂ ਚੀਜ਼ਾਂ ਮੰਗਦੇ ਆ। ਉਹ ਸੰਦੀਪ, ਉਹ ਆਪਾਂ ਵੀ ਅੱਜ ਇਹੋ ਹੀ ਖਾਣੀ ਆ, ਆਪਾਂ ਵੀ ਨਹੀਂ ਤੜਕੇ ਛੜਕੇ ਵਾਲੀਆਂ ਚੀਜ਼ਾਂ ਖਾਣੀਆਂ। ਨਾ ਤੁਹਾਨੂੰ ਇੱਕਦਮ ਕੀ ਹੋ ਗਿਆ ਵਾ, ਲੂਣ ਹਲਦੀ ਤੇ ਆ ਗਏ ਆ? ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ? ਨਾਲੇ ਵਿੱਕੀ ਨੇ ਤੇ ਕਦੀ ਵੀ ਨਹੀਂ ਆ ਦਾਲ ਖਾਣੀ, ਐਵੇਂ ਨਾ ਲੜਾਈ ਕਰਾ ਕੇ ਬਹਿ ਜੀ। ਅੱਛਾ, ਅੱਜ ਆਪਾਂ ਦੋਵੇਂ ਖਾਵਾਂਗੇ, ਵੇਖ ਲਿਓ ਫਿਰ ਤੁਸੀਂ ਵੀ ਰਾਤ ਨੂੰ। ਹੋਇਆ ਕੀ ਆ, ਗੱਲ ਤੇ ਦੱਸ ਦੇ। ਉਹ ਬੜਾ ਕੁਝ ਹੋ ਗਿਆ ਵਾ, ਉਹ ਤੁਹਾਨੂੰ ਦੱਸਾਂਗੇ ਬਾਅਦ ਚੋਂ। ਸੰਦੀਪ, ਆਪਣੀ ਜ਼ਬਾਨ ਵਿਖਾ ਹਾਂ ਮੈਨੂੰ। ਕੀ ਹੋ ਗਿਆ, ਬਹਿਕੀਆਂ ਬਹਿਕੀਆਂ ਦੀਆਂ ਗੱਲਾਂ ਕਰੀ ਜਾਣ ਡਿਆ ਵਾ? ਉਹ ਜਾ ਭਰਾਵਾ, ਕੂਲਰ ਲਾ ਕੇ ਤੇ ਅੱਗੇ ਬਹਿ ਜਾ, ਐਵੇਂ ਦਿਮਾਗ ਨਾ ਖਰਾਬ ਕਰਕੇ ਬਹਿ ਜੀ। ਗਰਮੀ ਲੱਗਦਾ ਸਿਰ ਨੂੰ ਚੜ ਗਈ ਆ। ਉਹੀ ਓ ਗੱਲ, ਮੇਰੀ ਜ਼ਬਾਨ ਵੇਖ ਕੇ ਤੂੰ ਕੀ ਕਰਨਾ ਵਾ, ਜ਼ਬਾਨ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਆ, ਜਿੱਦਾਂ ਦੀ ਤੇਰੀ ਉਦਾਂ ਦੀ ਮੇਰੀ ਆ। ਲੈ ਦੱਸ, ਉਹ ਵੀ ਮੈਂ ਦੱਸ ਦੂੰਗਾ ਕੀ ਕਰਨਾ ਵਾ, ਤੂੰ ਵਿਖਾ ਤੇ ਸਹੀ ਜ਼ਬਾਨ। ਹਾਏ ਹਾਏ, ਤੂੰ ਵੀ ਵਿਖਾ ਦੇ ਜੇ ਉਹੀ ਜਿੱਦ ਕਰਨ ਡਿਆ ਪਿਆ, ਇੱਦਾਂ ਕਰ। ਮੈਨੂੰ ਲੱਗਦਾ ਵਾ ਇਹਨੂੰ ਨਾ ਡਾਕਟਰ ਦੀ ਲੋੜ ਪੈ ਗਈ ਆ, ਜਾ ਜਾ ਕੇ ਤੇ ਡਾਕਟਰ ਕੋਲ ਆਪਣੀਆਂ ਜ਼ਬਾਨਾਂ ਚੈੱਕ ਕਰਾ, ਮੇਰੀ ਸਹੀ ਆ ਜ਼ਬਾਨ। ਚੱਲ ਠੀਕ ਆ ਫਿਰ, ਜੇ ਇਹੋ ਗੱਲ ਨਾ, ਫਿਰ ਮੈਂ ਤੈਨੂੰ ਇੱਕ ਗੱਲ ਦੱਸਦਾ ਵਾਂ, ਤੂੰ ਪਹਿਲਾਂ ਆਪਣੀ ਜ਼ਬਾਨ ਵਿਖਾ। ਵੈਸੇ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਣ ਡਿਆ ਵਾ, ਪਰ ਫਿਰ ਤੂੰ ਕਹਿਣ ਡਿਆ ਨਾ ਇੱਕ ਗੱਲ ਦੱਸਾਂਗਾ, ਇਹ ਕਰਕੇ ਮੈਂ ਤੈਨੂੰ ਵਿਖਾ ਦਿੰਦੀ ਜ਼ਬਾਨ। ਪ੍ਰੀਤ, ਇਹਦੀ ਜ਼ਬਾਨ ਤੇ ਚਿੱਟੀ ਆ ਤੇ ਹੋਰ ਜ਼ਬਾਨ ਕੱਟੀ ਹੁੰਦੀ ਆ, ਹੋਰ ਜ਼ਬਾਨ ਕਾਲੀ ਹੁੰਦੀ ਆ। ਉਹ ਨਹੀਂ ਨਹੀਂ, ਮੈਨੂੰ ਵਿੱਕੀ ਪਤਾ ਕੀ ਆਂਦਾ ਸੀ, ਕਹਿੰਦਾ ਸੰਦੀਪ ਦੀ ਜ਼ਬਾਨ ਕਿਤੇ ਕਾਲੀ ਤੇ ਨਹੀਂ। ਪ੍ਰੀਤ ਤੂੰ ਹੱਸਣ ਡਈ ਆ, ਮੈਨੂੰ ਵਿੱਕੀ ਨੇ ਇਦਾਂ ਸੱਚੀ ਕਿਹਾ ਸੀ? ਸੱਚੀ ਕਿਹਾ ਕਿ ਸੰਦੀਪ ਦੀ ਜ਼ਬਾਨ ਕਾਲੀ ਆ? ਇਸੇ ਕਰਕੇ ਤੇ ਮੈਂ ਸੰਦੀਪ ਨੂੰ ਕਹਿਣ ਡਿਆ ਵਾਂ ਜ਼ਬਾਨ ਵਿਖਾ ਵਿਖਾ। ਹਾਂ ਇੱਧਰ ਕਰ, ਹਣੀ ਵਿਖਾ। ਉਹ ਕੌਣ ਹੁੰਦਾ ਮੈਨੂੰ ਇੱਦਾਂ ਦੀਆਂ ਗੱਲਾਂ ਕਰਨ ਵਾਲਾ? ਮੈਂ ਉਹਨੂੰ ਕੀ ਸ਼ਰਾਫ ਦੇ ਦਿੱਤਾ ਜਾਂ ਉਹਦਾ ਕੀ ਮਾੜਾ ਕਰ ਦਿੱਤਾ ਵਾ ਜ਼ਬਾਨ ਕਾਲੀ ਦੱਸਣ ਡਿਆ ਮੈਨੂੰ? ਹੈ ਕਿੱਥੇ ਆਏ, ਮੈਂ ਇਹਦੇ ਨਾਲ ਕਰਦੀ ਹਾਂ ਨਾ ਗੱਲ ਜਾ ਕੇ, ਬਹੁਤਾ ਹੀ ਵੱਧਦਾ ਜਾਣ ਡਿਆ ਵਾ। ਨਾਲੇ ਬੁੱਤੀਆਂ ਨੱਤੀਆਂ ਕਰੋ ਤੇ ਨਾਲੇ ਇਹਨਾਂ ਕੋਲ ਗੱਲਾਂ ਵੀ ਸੁਣੋ। ਹੈ ਕਿੱਥੇ ਆਏ, ਦੂਜੇ ਕਮਰੇ 'ਚ ਵੇਖਦੀ ਗਿਆ ਕਿੱਥੇ ਆਏ।
ਬਾਥਰੂਮ 'ਚ ਬੈਠਾ। ਕੋਈ ਨਹੀਂ, ਇਹਨੂੰ ਬਾਹਰ ਨਿਕਲ ਲੈਂਦੇ, ਇਹਦੇ ਨਾਲ ਤਾਂ ਮੈਂ ਗੱਲ ਕਰਦੀ ਹਾਂ ਨਾ। ਪ੍ਰੀਤ, ਮੈਨੂੰ ਲੱਗਦਾ ਸੰਦੀਪ ਨੇ ਗੁੱਸਾ ਕਰ ਲਿਆ ਸੀ। ਤਾਂ ਗੁੱਸਾ ਕੀਤਾ ਵਾ ਕਿ ਅਗਲੀ ਨੇ? ਹੁਣ ਫਿਰ? ਹੁਣ ਫਿਰ ਕੀ, ਸਿੱਧੀ ਆ ਕੇ ਤੂੰ ਗੱਲ ਉਹਦੇ ਮੂੰਹ 'ਤੇ ਮਾਰੀ ਹੈ। ਮੈਨੂੰ ਕੀ ਪਤਾ ਉਹਨੇ ਗੁੱਸਾ ਕਰ ਲੈਣਾ ਸੀ। ਹਾਂ, ਗੁੱਸੇ ਵਾਲੀ ਤਾਂ ਗੱਲ ਨਹੀਂ ਹੈਗੀ। ਆਹੋ, ਹੈ ਨਾ। ਆ ਜਾ ਹੁਣ, ਵੇਖੀਏ, ਲੜਨੀ ਨਾ ਡੇ ਹੁਣ ਅੰਦਰ। ਹਾਏ ਹਾਏ, ਗੇਜੀ ਗਲਤੀ ਆ। ਮੈਂ ਤਾਂ ਬੜੇ ਮਜ਼ੇ ਨਾਲ ਆਈ ਸੀ ਲੜਾਈ ਵੇਖਣ, ਮਗਰ ਉਹਨੇ ਕੱਖ ਨਹੀਂ। ਚੱਲ ਗਾ, ਆ ਜਾ। ਮੈਂ ਤਾਂ ਸੋਚਿਆ ਸੀ ਵਾਹ ਵਾਹ 5-7 ਮਿੰਟ ਲੜਾਈ ਹੋਊਗੀ ਅਤੇ ਟਾਈਮ ਪਾਸ ਹੋ ਜੂਗਾ। ਇਹਦੀ ਤਾਂ ਉਹ ਗੱਲ ਹੀ ਹੋ, ਜਿਹੜੇ ਗਰਜਦੇ ਜ਼ਿਆਦਾ ਵਾ ਨਾ ਉਹ ਵਰਦੇ ਘੱਟ ਹੀ ਹੁੰਦੇ ਆ। ਵਾਕਿਆ, ਇਹ ਤਾਂ ਗੱਲ ਹੈ। ਪਰ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ, ਵਿੱਕੀ ਨੇ ਇਹਨੂੰ ਆਹ ਗੱਲ ਕਹੀ ਕਿਉਂ ਆ? ਜਦੋਂ ਮੈਂ ਅਤੇ ਵਿੱਕੀ ਲੱਗੇ ਸੀ ਨਾ ਮੈਗੀ ਬਣਾਉਣ, ਅਤੇ ਮੈਂ ਸੰਦੀਪ ਅੱਗੋਂ ਤੜਕੇ ਦਾ ਸਮਾਨ ਚੁੱਕ ਕੇ ਲੈ ਗਿਆ ਸੀ ਕੱਟਿਆ ਹੀ। ਮੈਨੂੰ ਲੱਗਦਾ ਇਹਨੇ ਉਦੋਂ ਸਾਨੂੰ ਸ਼ਰਾਬ ਦੇ ਦਿੱਤਾ, ਉਦੋਂ ਤਾਂ ਇਹਨੇ ਕਿਹਾ ਏ ਇਹਨਾਂ ਨੂੰ ਪਚਣੀ ਨਾ। ਉਹ ਗੱਲ ਹੋਈ ਪ੍ਰੀਤ, ਸਾਡੇ ਤਾਂ ਪੇਟ ਖਰਾਬ ਹੋ ਗਏ ਉਦੋਂ ਦੇ। ਹੈਂ, ਸਾਡੇ ਤਾਂ ਵੱਟ ਪਈ ਜਾਣ ਡਿਆ ਢਿੱਡ 'ਚ, ਮੇਰੇ ਵੀ ਅਤੇ ਵਿੱਕੀ ਦੇ ਵੀ। ਹਾਂ ਹਾਏ, ਹੋਰ ਕੀ, ਸਾਡਾ ਤਾਂ ਬੁਰਾ ਹਾਲ ਵਾ। ਇਸੇ ਕਰਕੇ ਤਾਂ ਮੈਨੂੰ ਕਹਿਣ ਡਿਆ ਸੀ ਦਾਲ ਥੋੜ੍ਹੀ ਜਿਹੀ ਵੱਧ ਬਣਾ ਲਈ, ਆਪਾਂ ਵੀ ਅੱਜ ਉਹ ਹੀ ਖਾਲਾਂਗੇ। ਬੱਬਲੂ, ਮੈਂ ਤੇਰੀ ਇਸ ਗੱਲ ਨਾਲ ਸਹਿਮਤ ਹਾਂ, ਵਾਕਈ ਇਹਨੇ ਇਹ ਗੱਲ ਕਹੀ ਹੋਣੀ ਆ। ਤੇ ਹੋਰ ਕੀ ਆ। ਚੱਲ ਕੋਈ ਗੱਲ ਨੀ, ਦਵਾਈ ਦਵੂਈ ਖਾ ਲਓ ਤੁਸੀਂ ਦੋਵੇਂ ਜਾਣੇ। ਹੈਂ, ਦਵਾਈ ਖਾਧੀ ਤੇ ਉਹਨੇ ਮਾਸੀ ਨੇ ਗੁੱਸੇ ਹੋਣਾ ਹੀ ਹੋ, ਤੇ ਫਿਰ ਇਦਾਂ ਕਿੱਦਾਂ ਬੈਠੇ ਰਹੋਗੇ ਇੰਨਾ ਚਿਰ? ਜਾ ਗਾ, ਜਾ ਜਾ, ਵੇਖਾਂ ਦਵਾਈ ਖਾ ਲਾ ਜਾ ਕੇ। ਆਏ ਰੱਬਾ, ਚੰਗਾ ਹੀ ਹੋਇਆ ਅਜੇ ਮੈਂ ਮੈਗੀ ਨਹੀਂ ਖਾਧੀ, ਲੂਣ ਦੇ ਭੁਲੇਖੇ ਨਾ। ਮਾੜਾ ਜਿੰਨਾ ਤੇ ਅਜੇ ਮਿੱਠਾ ਸੋਡਾ ਪਿਆ ਸੀ, ਮੈਨੂੰ ਨਹੀਂ ਸੀ ਲੱਗਦਾ ਕਿ ਇੰਨਾ ਵੀ ਅਸਰ ਹੋ ਜੂਗਾ, ਕਿ ਇਹਨਾਂ ਦਾ ਸੱਚੀ ਪੇਟ ਖਰਾਬ ਹੋ ਜੂਗਾ। ਚੰਗਾ ਹੋਇਆ ਕਿਸੇ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਲੱਗਾ, ਨਾਲੇ ਨਾ ਭਿੰਡੀਆਂ ਦੀ ਗਲਤੀ ਵੀ ਮੇਰੀ ਐਂ ਢੱਕੀ ਗਈ, ਅਤੇ ਹੁਣ ਮੈਗੀ ਵਾਲੀ ਵੀ। ਹੁਣ ਜੇ ਪ੍ਰੀਤ ਕਰੇ ਤੂੰ ਮੰਜੀ 'ਤੇ ਬਹਿ ਗਏ ਨਾ, ਇਹਨਾਂ ਤਿੰਨਾਂ ਜਾਣਿਆਂ ਦੀ ਹੁਣ ਲੜਾਈ ਵੇਖ, ਵੇਖੀ ਸਹੀ ਕਿੱਦਾਂ ਇਹਨਾਂ ਦੀ ਲੜਾਈ ਹੁੰਦੀ। ਨਾ ਤਾਂ ਸੰਦੀਪ ਦਾ ਹੀ ਵੱਜਣਾ, ਕਿੰਨੇ ਆਹ ਬੋਲੀ ਬੋਲੀ ਸੀ। ਰੱਬ ਵੀ ਇੱਦਾਂ ਮੇਰਾ ਕਿੰਨਾ ਸਾਥ ਦੇਣ ਡਿਆ ਨਾ। ਰੱਬ ਨੂੰ ਵੀ ਪਤਾ ਵਾ ਕਿ ਮੈਂ ਵਿੱਕੀ ਨੂੰ ਪਸੰਦ ਕਰਦੀ ਹਾਂ, ਅਤੇ ਇਹਦੀ ਕੋਈ ਗਲਤੀ ਉਹਦੇ ਸਾਹਮਣੇ ਆਵੇ ਹੀ ਨਾ। ਕਿੱਦਾਂ, ਠੀਕ ਹੈ ਜੀ ਦੋਵੇਂ ਜਣੇ? ਕਿੱਥੇ ਠੀਕ ਹਾਂ, ਢਿੱਡ 'ਚ ਇੰਨਾ ਹੀ ਪੀੜ ਹੋਣ ਡੀ ਆ ਨਾ, ਕੀ ਕਰਾਂ। ਜਾਪਦਾ ਮੰਮੀ ਨੂੰ ਫੋਨ ਕਰਨਾ ਪੈਣਾ, ਮੰਮੀ ਲੈ ਜਾ ਉੱਥੇ ਜਾ ਕੇ ਦਵਾਈ ਦਾਰੂ ਲੈਣਾ, ਇੱਥੇ ਜਾਪਦੀ ਕਿੰਨੇ ਦਵਾਈ ਵੀ ਨਹੀਂ ਦਵਾਉਣੀ। ਹਾਂ ਹਾਏ, ਅਸੀਂ ਕਿਹੜਾ ਮਰ ਗਏ ਹਾਂ, ਕੋਈ ਨਹੀਂ ਆਪਾਂ ਦਵਾਈ ਦਵਾ ਦਿੰਦੇ ਹਾਂ। ਤੂੰ ਆਪਣੀ ਮੰਮੀ ਨੂੰ ਫੋਨ ਨਾ ਕਰੀ, ਉਹਨਾਂ ਨੇ ਫਿਰ ਕਹਿਣਾ ਕਿ ਗਏ ਤੇ ਤੁਸੀਂ ਉਹਨਾਂ ਦੇ ਘਰ ਜੇ, ਅਤੇ ਦਵਾਈਆਂ ਲਈ ਫੋਨ ਸਾਨੂੰ ਕਰਨ ਡੇ ਆ। ਜਾ ਪੁੱਛ ਲਾ ਫਿਰ ਮੰਮੀ ਆਪਣੀ ਨੂੰ, ਜੇ ਦਵਾਉਂਦੀ ਦਵਾਈ ਠੀਕ ਆ, ਨਹੀਂ ਤਾਂ ਆਪਾਂ ਤਿਆਰੀ ਕਰੀਏ ਜਾਣ ਦੀ। ਕੋਈ ਗੱਲ ਨਹੀਂ, ਮੈਂ ਹੁਣੇ ਮੰਮੀ ਨੂੰ ਕਹਿੰਦੀ ਹਾਂ। ਸਾਡਾ ਨਹੀਂ ਹੁਣ ਜੀ ਲੱਗਣ ਡਿਆ ਇੱਥੇ, ਚੰਗੇ ਭਲੀ ਦੀ ਸੇਵਾ ਪਾਣੀ ਹੋਣ ਡੀ ਆ, ਸਾਰਾ ਕੁਝ ਖੁਸ਼ ਖੁਸ਼ ਰਹਿਣ ਡਿਆ, ਫਿਰ ਕਿਉਂ ਨਹੀਂ ਤੇਰਾ ਜੀ ਲੱਗਣ ਡਿਆ? ਬੱਬਲੂ ਸਮਝਾ ਤੂੰ ਇਹਨੂੰ। ਮੈਂ ਕੀ ਸਮਝਾਵਾਂ ਇਹਨੂੰ, ਮੇਰਾ ਤੇ ਆਪਣਾ ਬੁਰਾ ਹਾਲ ਵਾ। ਜਾ ਫਿਰ ਪੁੱਛ ਕੇ ਆ ਸੇਤੀ, ਜਦੋਂ ਮਰ ਗਏ ਫਿਰ ਲੈ ਕੇ ਜਾਣਾ ਹੀ ਆ।
ਓਏ ਸੱਚੀ ਸੀਰੀਅਸ ਆ ਕਿ ਮਾਮਾ ਐਕਟਿੰਗ ਹੀ ਕਰਨ ਡਿਆ ਵਾ? ਐਕਟਿੰਗ ਹੀ ਡਿਆ ਕਰਨਾ? ਤੈਨੂੰ ਲੱਗਦਾ ਸੀਰੀਅਸ ਮੈਂ? ਮਾਮਾ ਐਕਟਿੰਗ ਤਾਂ ਤੂੰ ਇੱਦਾਂ ਕਰਨ ਡਿਆ ਸੀ, ਉਹ ਇੱਦਾਂ ਦੀ ਕੋਈ ਸੀਰੀਅਸ ਵੀ ਨਹੀਂ ਕਰਦਾ। ਬਸ ਫਿਰ ਇੱਦਾਂ ਹੀ ਆ, ਆ ਤੇਰੀ ਮਾਸੀ ਵੱਲ ਵੇਖ ਵੇਖ ਕੇ ਨਾ ਇੰਨੀ ਕੁ ਐਕਟਿੰਗ ਮੈਨੂੰ ਵੀ ਆ ਗਈ। ਆ ਜਿੱਦਾਂ ਦੇ ਆਏ ਆ ਨਾ ਉੱਦਾਂ ਦਾ, ਕਦੀ ਕੋਈ ਕੰਮ ਕਰ ਲਓ, ਕਦੀ ਕੋਈ ਕੰਮ ਕਰ ਲਓ। ਹੈ ਇਹ ਨਹੀਂ ਹੈਗਾ ਕਿ ਪ੍ਰਾਹੁਣੇ ਆਏ ਆ, ਇਹਨਾਂ ਦੀ ਮਾੜੀ ਮੋਟੀ ਸੇਵਾ ਵੀ ਕਰ ਲਈਏ। ਆ ਇੰਨੀ ਕੁ ਐਕਟਿੰਗ ਨਾਲ ਨਾ ਹੁਣ ਵੇਖੀ ਆਪਣੀ ਸੇਵਾ ਪਾਣੀ ਹੋਣ ਡੈ ਪੈਣੀ ਆ। ਵੇਖੀ ਗੱਲ ਤੇਰੀ ਸਹੀ ਹੋ, ਉੱਦਾਂ ਸਾਡੇ ਘਰਾਂ ਵਿੱਚ ਆਹ ਵਾਲੀਆਂ ਚਲਾਕੀਆਂ ਨਹੀਂ ਹੈਗੀਆਂ ਜਿਹੜੀਆਂ ਇੱਥੇ ਤੇਰੀ ਮਾਸੀ ਕਰਦੀ ਆ। ਗੁਰੂਆ ਇੱਦਾਂ ਦੀ ਐਕਟਿੰਗ ਤਾਂ ਫਿਲਮਾਂ 'ਚੋਂ ਨਹੀਂ ਕਰਦੀਆਂ ਜਿੰਨੀ ਐਕਟਿੰਗ ਤੇਰੀ ਮਾਸੀ ਨੂੰ ਆਉਂਦੀ ਆ। ਮੇਰੇ ਹਿਸਾਬ ਨਾਲ ਜੇ ਆਪਾਂ ਇੱਥੇ 2-3 ਮਹੀਨੇ ਰਹੀਏ ਨਾ ਐਂ ਚੋਟੀ ਦੇ ਐਕਟਰ ਬਣ ਕੇ ਜਾਵਾਂਗੇ, ਜਾਂਦਿਆਂ ਹੀ ਘਰ ਬੰਬੇ ਵਾਲਿਆਂ ਨੇ ਸਾਈਨ ਕਰ ਲੈਣਾ ਸਾਨੂੰ ਦੋਵਾਂ ਨੂੰ। ਆਹੋ ਯਾਰ ਗੱਲ ਤਾਂ ਤੇਰੀ ਠੀਕ ਆ, ਪਰ ਮਾਮਾ ਮੈਂ ਡਰ ਗਿਆ ਸੀ, ਮੈਂ ਕਿਹਾ ਵੀ ਕੀ ਕਰੇ ਸੱਚੀ ਸੀਰੀਅਸ ਆ। ਹਾਂ ਡਰ ਗਿਆ ਸੀ ਤੂੰ, ਪੈ ਜਾ ਆਰਾਮ ਨਾਲ। ਮੰਮੀ ਮੰਮੀ। ਹਾਂ ਕੀ ਗੱਲ ਹੋ ਗਈ ਹੈ? ਮੰਮੀ ਉਹ ਬਬਲੂ ਅਤੇ ਵਿੱਕੀ ਦੋਵੇਂ ਜਿਹੜੇ ਬਿਮਾਰ ਪਏ ਜੇ। ਕਿਉਂ ਇਹਨਾਂ ਨੂੰ ਕੀ ਹੋ ਗਿਆ? ਪਤਾ ਨਹੀਂ, ਉਹਨਾਂ ਦੋਵਾਂ ਜਣੇ ਨੇ ਢਿੱਡ ਫੜੇ ਆ, ਉਹਨਾਂ ਨੇ ਮੈਗੀ ਖਾਧੀ ਅਤੇ ਉਹਦੇ ਕਰਕੇ ਉਹਨਾਂ ਦਾ ਢਿੱਡ ਖਰਾਬ ਹੋ ਗਿਆ ਵਾ। ਲੈ ਹਾਂ ਦੱਸ, ਅੱਗੇ ਤਾਂ ਬਿਮਾਰੀ ਘੱਟ ਪਈ ਆ, ਵੱਧ ਤਾਂ ਉਲਟਾ ਪੁਲਟਾ ਖਾ ਪੀ ਕੇ ਅਤੇ ਹੁਣ ਬਿਮਾਰ ਹੋ ਕੇ ਪੈ ਗਏ ਇੱਥੇ। ਉਹ ਕਿਹਨੇ ਪੁੱਛਣਾ? ਮੇਰੀ ਗੱਲ ਤਾਂ ਸੁਣੋ, ਉਹਨਾਂ ਨਾਲ ਲੜਾਈ ਲੜੂਈ ਨਾ ਕਰਿਓ ਅਤੇ ਉਹਨਾਂ ਨੂੰ ਦਵਾਈ ਦਵਾ ਦਿਓ ਵਿਚਾਰਿਆਂ ਨੂੰ। ਇਹਨਾਂ ਨੂੰ ਮੈਂ ਪੁੱਛਣੀ ਆ ਨਾ, ਇਹਨਾਂ ਨੂੰ ਪਹਿਲਾਂ ਕਿੰਨੇ ਕਿਹਾ ਵਾ ਚੜ ਜਾਂਦੇ ਮੋਟਰਸਾਈਕਲ 'ਤੇ ਅਤੇ ਖਾ ਟੱਪ ਕੇ ਇੱਥੇ ਆ ਜਾਂਦੇ ਮੁੜ ਕੇ। ਨਾਲੇ ਬਿਮਾਰ ਆ ਤਾਂ ਜਾ ਕੇ ਦਵਾਈ ਲਿਆਉਣ, ਮੈਂ ਇਹਨਾਂ ਨੂੰ ਟੀਕੇ ਲਾਉਣੇ ਆ। ਮੰਮੀ ਪ੍ਰਾਹੁਣੇ ਆਏ ਆ, ਇੱਦਾਂ ਨਾ ਉਹਨਾਂ ਦੇ ਦਿਵਾਲੇ ਹੋ ਜਾਓ। ਤੂੰ ਤਾਂ ਚੁੱਪ ਹੀ ਰਹਿ, ਮੈਂ ਆਪੇ ਗੱਲ ਕਰ ਲੈਂਦੀ ਹਾਂ। ਹਾਂ ਦੱਸੋ ਵੇ ਮੁੰਡਿਓ, ਬਟਾਲੇ ਜਾ ਕੇ ਦਾਖਲ ਹੋਣਾ ਜਾਂ ਘਰੇ ਡਾਕਟਰ ਸੱਦ ਕੇ ਗਲੂਕੋਸ਼ ਲਵਾ ਦਾਂ ਤੁਹਾਨੂੰ? ਲੈ ਆਂਟੀ ਤੁਸੀਂ ਤਾਂ ਕਾਂਡੇ ਜੇ, ਜਿੱਦਾਂ ਅਸੀਂ ਟ੍ਰੇਨ 'ਚ ਵੱਜੇ ਹੁੰਦੇ ਹਾਂ ਅਤੇ ਫਿਰ ਪਏ ਤਾਂ ਐਂ ਜਿੱਦਾਂ ਪਤਾ ਨਹੀਂ ਕਿੰਨੇ ਕੁ ਬਿਮਾਰ ਹੋ ਗਏ ਹੁੰਦੇ ਆ। ਮੈਨੂੰ ਇਹ ਦੱਸੋ ਪਹਿਲਾਂ ਵੀ ਖਾਧਾ ਕੀ ਸੀ? ਮੈਗੀ ਖਾਧੀ ਸੀ। ਬਸ ਠੀਕ ਆ, ਬਾਹਰ ਦੀਆਂ ਚੀਜ਼ਾਂ ਨੂੰ ਭੱਜਦੇ ਹੋ, ਘਰ ਦੀ ਦਾਲ ਸਬਜ਼ੀ ਬਣੀ ਉਹ ਤਾਂ ਤੁਸੀਂ ਢੰਗ ਨਾਲ ਖਾਣੀ ਨਹੀਂ ਆ, ਬਸ ਬਾਹਰੋਂ ਖਾ ਲਈਏ। ਮੈਗੀ ਕਿੰਨਾ ਗੰਦ ਵਾ, ਕਿੰਨੇ ਲੋਕ ਦਵਾਈ ਦਿੰਦੇ ਵੀ ਨਹੀਂ ਖਾਣੀ ਚਾਹੀਦੀ, ਘਰ ਦਾ ਬਣਿਆ ਖਾਣਾ ਖਾਓ, ਉਹ ਤਾਂ ਤੁਸੀਂ ਮੰਨਣੀ ਨਹੀਂ ਆ। ਹੁਣ ਐਂ ਸਾਂਢਾ ਵਾਂਗੂ ਪਾਏ ਮੰਜੇ ਦੇ ਉੱਤੇ, ਸਿੱਧੇ ਜਿੱਤਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ, ਜਾ ਕੇ ਜਵੈਨ ਦਾ ਫੱਕਾ ਮਾਰ ਲਓ ਉੱਥੇ, ਐਡੀ ਵੀ ਕੋਈ ਗੱਲ ਨਹੀਂ ਆ। ਠੀਕ ਆ, ਮੂੰਹ ਚੁੱਕੇ ਤਾਂ ਨੂੰ ਜਦੋਂ ਖਾਣ ਜਾਂਦੇ ਤਾਂ ਪੁੱਛ ਕੇ ਜਾਂਦੇ ਹੋ, ਵਾਧੂ ਦੀ ਨੀਂਦ ਖਰਾਬ ਕਰਕੇ ਰੱਖਤੀ ਆ। ਜਾ ਤੂੰ ਹੁਣ ਇੱਥੇ ਕਾਂਡੀ ਆ ਕਿ ਤੂੰ ਰਹਿੰਦੀ ਕਸਰ ਪੂਰੀ ਕਰਨੀ ਆ। ਕੀ ਕਿਹਾ ਸੀ ਮੰਮੀ ਨੂੰ? ਜਾ ਜਾ ਕੇ ਉਹਨੂੰ ਫੜ ਮੰਮੀ ਆਪਣੀ ਨੂੰ, ਜਿੰਨੇ ਗੁੱਸੇ 'ਚ ਗਈ ਜਾ ਕੇ ਕੂਲਰ ਹੱਥ ਨਾ ਦੇ ਦੇ, ਜਾ ਚੱਲ ਜਾ। ਚੱਲ ਜਾਂਦੀ ਹਾਂ, ਮੰਮੀ ਨੇ ਗੁੱਸਾ ਮੇਰੇ ਤੇ ਕਾਹਤੋਂ ਕੱਢੀ ਜਾਣਾ? ਮੰਮੀ ਅੱਗੇ ਤੇ ਤੂੰ ਬੋਲਿਆ ਨਹੀਂ ਹੈਗਾ, ਲੱਗਾ ਗੱਲਾਂ ਕਰਕੇ ਮੈਨੂੰ ਦੱਸਣ। ਹਾਂ ਓਏ ਕਰਾ ਲਈ ਸੇਵਾ? ਬਸ ਮਾਮਾ ਨਾ ਲੱਗਦੀ ਮੇਰੀ ਵੀ ਕਰਾ ਦਿੱਤੀ ਹੋ। ਤੇ ਤੇਰੀ ਕਰਾਉਣੀ ਨਹੀਂ, ਮੈਗੀ ਦੇ ਚਮਚੇ ਤਾਂ ਤੂੰ ਵੀ ਸਾਵੇਂ ਖਾਧੇ ਸੀ ਨਾਲ। ਮੈਨੂੰ ਤਾਂ ਇੱਕ ਗੱਲ ਦੀ ਨਹੀਂ ਸਮਝ ਲੱਗਦੀ ਕਿ ਆ ਮਾਸੀ ਤੇਰੀ ਸਵੇਰੇ ਸਵੇਰੇ ਨਿੰਮ ਦਾ ਪਾਣੀ ਪੀਂਦੀ ਆ, ਇੰਨੀ ਕੌੜੀ ਇੰਨੀ ਕੌੜੀ ਹੈ। ਨਹੀਂ ਪਹਿਲਾਂ ਮੈਨੂੰ ਤੂੰ ਦੱਸ, ਤੂੰ ਤਾਂ ਨਹੀਂ ਮੈਂ ਬੰਬੇ ਜਾਣਾ ਐਕਟਰ ਬਣ ਕੇ। ਹਾਂ ਕਿੱਥੇ ਗਈਆਂ ਉਹ ਗੱਲਾਂ? ਹੁਣ ਇਹਨੇ ਤਾਂ ਸਾਰੇ ਐਕਟਰ ਫੇਲ ਕਰਤੇ, ਇਹ ਤਾਂ ਅਮਰੀਸ਼ ਪੁਰੀ ਨਾਲੋਂ ਵੀ ਜ਼ਿਆਦਾ ਕੱਬੀ ਆ ਓਏ, ਉਹ ਵੀ ਉੱਤੋਂ ਵਹਿੰਦਾ ਹੋਣਾ, ਕੀ ਸੋਚਦਾ ਹੋਊ ਹੈਂ।
ਕਿ ਮੇਰੇ ਨਾਲੋਂ ਵੀ ਜ਼ਿਆਦਾ ਕੱਬੇ ਐਕਟਰ ਹੈਗੇ ਥੱਲੇ। ਇਹ ਬੋਲੀਵੁੱਡ ਵਾਲਿਆਂ ਕੋਲ ਨਹੀਂ ਸੰਭਾਲੀ ਜਾਣੀ, ਇਹ ਹਾਲੀਵੁੱਡ 'ਚ ਜਾਊਗੀ ਪੱਕਾ, ਪੱਕੀ ਗੱਲ ਹੀ ਉਹ। ਕਿੱਡੇ ਸਾਨੂੰ ਗਲੂਕੋਜ਼ ਲਵਾਉਣ ਡੀ ਆ, ਹੈ। ਚੱਲ ਉੱਠ ਹੁਣ, ਸੰਦੀਪ ਕੋਲ ਲੈ ਕੇ ਤਾਂ ਜਮੈਣ ਦਾ ਫੱਕਾ ਮਾਰੀਏ, ਦੁੱਖ 'ਚ ਮਾਮਾ ਉਹਨੇ ਹੀ ਕੰਮ ਆਉਣਾ ਵਾ, ਬਾਕੀ ਤਾਂ ਸਾਰੇ ਸਾਡੇ ਜ਼ਖਮਾਂ 'ਤੇ ਲੂਣ ਛਿਣਕਣ ਵਾਲੇ ਹੀ ਆ। ਸਹੀ ਗੱਲ ਆ। ਆਹੋ ਚੱਲ ਚੱਲੀਏ, ਉਹਨੂੰ ਤੂੰ ਕਾਲੀ ਜ਼ਬਾਨ 'ਤੇ ਦੱਸਦਾ ਸੀ ਨਾ। ਉਹ ਮੈਂ ਤਾਂ ਮਜ਼ਾਕ ਕਰਨ ਡਿਆ ਸੀ ਮਾਮਾ, ਤੂੰ ਤਾਂ ਸੀਰੀਅਸ ਹੀ ਲੱਗ ਗਿਆ ਡਿਆ। ਮਾਡੇ ਹੁਣ ਉਹਨੇ ਹੀ ਆਉਣਾ ਵਿਚਾਰੀ ਨੇ। ਕਈ ਵਾਰ ਚੀਜ਼ਾਂ ਰਿਐਕਸ਼ਨ ਵੀ ਤਾਂ ਕਰ ਹੀ ਜਾਂਦੀਆਂ। ਡੇਟ ਚੈੱਕ ਕੀਤੀ ਸੀ, ਐਕਸਪਾਇਰੀ ਤਾਂ ਨਹੀਂ ਲਾਇਆ ਕਿਤੇ ਮੈਗੀ? ਉਹ ਨਹੀਂ ਨਹੀਂ ਆ ਜਾ, ਜੇ ਪੁੱਤ ਐਕਸਪਾਇਰੀ ਹੋਈ ਨਾ, ਵੇਖੀ ਫਿਰ ਮੈਂ ਤੇਰਾ ਆਪਰੇਸ਼ਨ ਕਰਦਾ। ਸੰਦੀਪ ਜਵੈਨ ਦਈ ਹਮਾਸਾ, ਚੰਗੀ ਤਰ੍ਹਾਂ ਲੂਣ ਦੇ ਵਿੱਚ ਇਹਨੂੰ ਮਿਕਸ ਕਰ ਲਓ ਦੋਵੇਂ ਜਾਣੇ। ਖਾ ਲਾ, ਤੂੰ ਵੀ ਖਾ ਲਈ ਆ, ਚੈੱਕ ਕਰ ਲੈਣੀ ਸੀ, ਮੇਰੇ ਹੱਥ ਲੱਗੇ ਸੀ ਨਾ, ਕਿਤੇ ਕਾਲੀ ਤਾਂ ਨਹੀਂ ਸੀ ਹੋ ਗਈ ਜਵੈਣ? ਕੀ ਹੋਇਆ ਵਾ ਮਾਮਾ ਹੀਰਾ ਦਿਆ, ਤੂੰ ਜਾ ਕੇ ਸਿੱਧਾ ਹੀ ਉਹਨੂੰ ਦੱਸਤਾ ਕਿ ਵਿੱਕੀ ਨੇ ਆਹ ਗੱਲ ਕਹੀ ਆ। ਤੇ ਫਿਰ ਕੀ ਹੋਇਆ? ਫਿਰ ਕੀ ਹੋਇਆ, ਦਿਖਣ ਨਹੀਂ ਡਿਆ ਤੈਨੂੰ ਕਿੱਦਾਂ ਗੁੱਸੇ ਦੇ ਵਿੱਚ ਆਗ ਬਬੂਲਾ ਹੋਈ ਪਈ ਆ, ਦਿਖਣ ਨਹੀਂ ਡਿਆ? ਯਾਰ ਮੈਨੂੰ ਕੀ ਪਤਾ ਵਾ ਉਹਨੇ ਗੁੱਸਾ ਕਰ ਲੈਣਾ ਵਾ। ਤੇਰੇ ਵਰਗੇ ਯਾਰ ਨਾ ਇੱਦਾਂ ਮਰਵਾਉਂਦੇ ਹੁੰਦੇ ਹੀ ਉਹ। ਲੈ ਉਹ ਇਹਦੇ ਵਿੱਚ ਯਾਰ ਮਰਵਾਉਣ ਵਾਲੀ ਕਿਹੜੀ ਗੱਲ ਹੋ ਗਈ ਆ ਭਰਾਵਾ, ਹਰ ਇੱਕ ਗੱਲ ਥੋੜ੍ਹੀ ਦੱਸ ਦੇਈਦੀ ਹੁੰਦੀ ਆ ਅਗਲੇ ਨੂੰ, ਛਿੱਤਰ ਪਵਾਉਣ ਵਾਲੇ ਕੰਮ ਕਰਦਾ। ਉਹ ਯਾਰ ਮੈਂ ਤਾਂ ਆਖਿਆ ਹੱਡੀਆਂ ਸਾਰੀਆਂ ਦੀਆਂ ਜ਼ਬਾਨਾਂ 'ਤੇ ਚਿੱਟੀਆਂ ਵਾ, ਵੇਖ ਕੇ ਉਹਨਾਂ ਕਿਤੇ ਸੱਚੀ ਦੇ ਨਾਲ ਕਾਲੀ ਹੋਵੇ ਉਹਦੀ ਜ਼ਬਾਨ। ਹੱਦ ਹੀ ਕਰਦਾ, ਸਾਰਾ ਦਿਨ ਤਾਂ ਪਹਿਲਾਂ ਹੀ ਉਹ ਕਲਪੀ ਹੁੰਦੀ ਘਰ ਦਾ ਕੰਮ ਕਰ ਕਰਕੇ, ਰਹਿੰਦੀ ਹੁੰਦੀ ਤੂੰ ਹਾਂ ਗੱਲ ਕਰਤੀ, ਪਤਾ ਨਹੀਂ ਅਗਲੀ ਕੀ ਸੋਚੂਗੀ। ਉਹ ਚੱਲ ਕੋਈ ਨਹੀਂ, ਨਹੀਂ ਕੁਝ ਵੀ ਹੋ ਗਿਆ। ਤੇਰੇ ਭਾਅ ਦਾ ਕੁਝ ਨਹੀਂ ਹੋਇਆ, ਮੈਨੂੰ ਪੁੱਛ ਕੇ ਵੇਖ ਕਿੰਨੀ ਬੇਇੱਜ਼ਤੀ ਮਹਿਸੂਸ ਹੋਣ ਡੀ ਆ। ਲੈ ਉਹ ਇਹ 'ਚ ਕਾਹਦੀ ਬੇਇੱਜ਼ਤੀ, ਸੰਦੀਪ ਹੀ ਮੈਂ ਹੀ ਤੂੰ ਹੀ, ਹੋਰ ਕੌਣ ਹੀ ਉੱਥੇ ਸਾਡੇ ਤੋਂ ਸਵਾ? ਤੂੰ ਤਾਂ ਐਂ ਕਰਦਾ ਵਾ ਪਤਾ ਨਹੀਂ ਤੈਨੂੰ ਕੀ ਕਹਿਤਾ ਹੁੰਦਾ ਉਹਨੇ। ਵਾਹਵਾ ਹੁਣ ਠੰਡਾ ਹੋਇਆ ਵਾ, ਉੱਦਾਂ ਵੀ ਤਾਂ ਮੈਨੂੰ ਇਹੋ ਜਿਹੇ ਕੰਮ ਕਰਨੇ ਪੈਂਦੇ ਆ। ਚੱਲ ਹੁਣ ਰੋਟੀਆਂ ਤਾਂ ਘੜੀ ਠਹਿਰ ਕੇ ਪਕਾਉਣੀਆਂ ਵਾ, ਪਹਿਲਾਂ ਸਾਫ਼ ਕਰ ਹੀ ਦਿੰਦੀ ਹਾਂ, ਬਾਹਰ ਕੱਢ ਕੇ ਇਹਨੂੰ ਅੱਗ ਲਾ ਦਾਂਗੀ ਜਾਂ ਸੁੱਟ ਆਵਾਂਗੀ ਰੂੜੀ 'ਤੇ, ਬਾਅਦ 'ਚੋਂ ਇੱਥੇ ਸਬਜ਼ੀ ਲਾਉਣੀ ਆ। ਹੈ ਨੀ ਤੂੰ ਕਿਹਦੀ ਆ ਘੱਗਰੀ ਜੀ ਪਾਈ ਫਿਰਨ ਦੀ, ਤੇਰੀ ਤਾਂ ਹੈ ਨੀ ਏਦਾਂ ਦੀ। ਜੀਤਾਂ ਭਾਬੀ ਨੇ ਦਿੱਤੀ ਆ, ਉਹ ਕਹਿੰਦੀ ਸੀ ਵੀ ਇਹ ਧੋਤਿਆ ਨਾ ਉੱਚੀ ਹੋ ਗਈ ਆ ਮੈਨੂੰ, ਅਤੇ ਤੂੰ ਪਾ ਲਾ ਤੈਨੂੰ ਆ ਜਾਣੀ ਆ। ਗੱਲ ਸੁਣ, ਜੀਤਾਂ ਭਾਬੀ ਦੇ ਨਾਲ ਤੇਰੀ ਬੁਰਕੀ ਅੱਜ ਕੱਲ੍ਹ ਕੋਈ ਜ਼ਿਆਦਾ ਨਹੀਂ ਰਹਿੰਦੀ?
ਉਹਦੇ ਨਾਲ ਕੀ ਇੱਕ ਸੂਟਰੀ ਤੈਨੂੰ ਉਹਨੇ ਦੇ ਦਿੱਤੀ ਨਾ ਆਪਣੀ ਲੱਥੀ ਪੱਤੀ ਤੇ ਪਿੰਡ ਦੀ ਗਲੀ ਗਲੀ ਦੇ ਵਿੱਚ ਸਾਨੂੰ ਸੱਜ 'ਚ ਪਾ ਕੇ ਛੱਟਣਾ ਵਾ ਵੀ ਕੁੜੀ ਨੂੰ ਲੀੜੇ ਨਹੀਂ ਬਣਾ ਕੇ ਦਿੰਦੇ ਮੇਰੇ ਲੱਥੇ ਪੱਥੇ ਪਾਉਂਦੀ ਆ ਆ ਥੋੜ੍ਹਾ ਜਿਹਾ ਜਿਹੜੀ ਬੁੱਧੀ ਭ੍ਰਿਸ਼ਟ ਹੋਈ ਨਾ ਆਪਣੇ ਦਿਮਾਗੋਂ ਸੋਚ ਲਿਆ ਕਰ ਵੀ ਗੱਲ ਕਿੱਥੇ ਜਾਂਦੀ ਆ ਨਾਲੇ ਤੈਨੂੰ ਚੰਗਾ ਭਲਾ ਪਤਾ ਵਾ ਵੀ ਉਹਦੇ ਸਾਡੇ ਨਾਲ ਕਿੰਨੀ ਲੱਗਦੀ ਆ ਸਿਰ ਚੜ੍ਹ ਕੇ ਇੱਦਾਂ ਦੇ ਕੰਮ ਕਰਦੀ ਆ ਤੇ ਆਪਣੇ ਘਰ ਦੀ ਇੱਜ਼ਤ ਬਣਾਈਦੀ ਹੋਈ ਦੀ ਆ ਨਹੀਂ ਕਿਸੇ ਦਾ ਇੱਕੋ ਚੀਜ਼ ਲਈ ਦੀ ਸਾਨ ਨਹੀਂ ਚੱਲੀ ਦਾ ਕਿਸੇ ਦਾ ਤੁਹਾਨੂੰ ਹੀ ਲੱਗਦਾ ਵਾ ਕਿ ਉਹ ਇਦਾਂ ਦੀਆਂ ਗੱਲਾਂ ਬਾਤਾਂ ਕਰਦੀ ਹੋਊਗੀ ਪਰ ਉਹ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਮੇਰੇ ਬਾਰੇ ਤਾਂ ਬਿਲਕੁਲ ਨਹੀਂ ਕਰਦੀ ਵੀ ਆਹੋ ਤੈਨੂੰ ਕਾਹਨੂੰ ਲੱਗਣਾ ਵਾ ਤੂੰ ਮਿੱਠੀਆਂ ਫਿੱਕੀਆਂ ਉੱਥੇ ਕਰਦੀ ਹੋ ਜਾ ਕੇ ਸਾਡੀਆਂ ਆਹੋ ਨਾਲੇ ਉਹ ਕਰਦੀ ਤੇਰੇ ਨਾਲ ਸਾਰੀ ਜਿਹੜੀ ਦੀ ਮੇਰੀ ਮੱਤ ਵੱਜੀ ਰਹਿੰਦੀ ਆ ਘਰੇ ਮੈਂ ਕਿਹੜੇ ਵੇਲੇ ਜਾ ਕੇ ਮਿੱਠੀਆਂ ਫਿੱਕੀਆਂ ਕਰ ਲੈਨੀ ਆ ਭਾਵੇਂ ਤੈਨੂੰ 5 ਮਿੰਟ ਵੀ ਮਿਲਣਾ ਔਖੀ ਹੋ ਗਈ ਤੇ ਜਾਨੀ ਉਹਦੇ ਕੋਲ ਆਪਣੇ ਵਰਗੇ ਸਮਝੇ ਸਾਰੇ ਮੈਨੂੰ ਕੰਮ ਕਰ ਲੈਂਦੇ ਹੁਣ ਬਹੁਤ ਕੰਮ ਕਿਤੇ ਸਿਰ ਤੇ ਭਾਰ ਚੁੱਕਿਆ ਵਾ ਤੂੰ ਨਵੇਂ ਤੋਂ ਨਵੇਂ ਕੰਮ ਕਰਦੀ ਅਸੀਂ ਜਿੱਦਾਂ ਮਨ ਸੰਬੰਧੇ ਬਣਾ ਕੇ ਦਿੰਦੀ ਉਹ ਨਹੀਂ ਪਾਏ ਜਾਂਦੇ ਤੇਰੇ ਕੋਲ ਜੀਤਾਂ ਭਾਬੀ ਨੇ ਦਿੱਤਾ ਜੀਤਾਂ ਭਾਬੀ ਦੀ ਬੜੀ ਹੇਜਲੀ ਬਣੀ ਰਹਿੰਦੀ ਆ ਬੰਦੇ ਵਾਂਗੂ ਤੈਨੂੰ ਇੱਕੋ ਇੱਕ ਗੱਲ ਦੱਸ ਦਿੱਤੀ ਆ ਕੰਮ ਕਰਕੇ ਅਰਮਾਨ ਨਾਲ ਆਪਣੇ ਘਰ ਵਿਆਹ ਕਰ ਐਵੇਂ ਨਾ ਕੁੱਤੇ ਵਾਂਗੂ ਗਲੀ ਗਲੀ ਵਿੱਚ ਫਿਰਦੀ ਰਿਹਾ ਕਰ ਮੈਨੂੰ ਤੇ ਅੱਖੋਂ ਦੋਹਦੀ ਆ ਤੂੰ ਇੰਨਾ ਹੀ ਸੋਚ ਮੈਨੂੰ ਤੂੰ ਉਦਾਂ ਹੀ ਉਹ ਅੱਖੋਂ ਦੋਹਦੀ ਆ ਕਿੰਨਾ ਬੋਲ ਬੁਲਾਰਾ ਕਰਕੇ ਗਈ ਸੀ ਕੱਢਣ ਦੇ ਆ ਉਹਦਾ ਗੁੱਸਾ ਉਹਦੇ ਨਾਲ ਕੱਢੋ ਨਾ ਤੇ ਤੂੰ ਤੇ ਸਾਡੀ ਆ ਨਾ ਉਹ ਨਹੀਂ ਬੰਦੀ ਤੂੰ ਤੇ ਬਣ ਕੇ ਰਹਿ ਚੰਗਾ ਬਾਬਾ ਨਹੀਂ ਗਾਹ ਤੋਂ ਜਾਂਦੀ ਫਿਰ ਮੈਂ ਵੇਖ ਲੂੰਗੀ ਤੈਨੂੰ ਤਾਂ ਉਹਦੇ ਸੱਪਾਂ ਨੂੰ ਦੁੱਧ ਪਿਆਲਣ ਵਾਲੀ ਗੱਲ ਆ ਪਤਾ ਨਹੀਂ ਲੈ ਵੀ ਕੀ ਖਾ ਲੈਂਦੀ ਆ ਇੰਨਾ ਇਹ ਬੋਲਦੀ ਆ ਵਿਸ਼ਾਬ ਮੇਰੀ ਜ਼ਬਾਨ ਵੀ ਨਹੀਂ ਥੱਕਦੀ ਸੰਦੀਪ ਹਾਂ ਜਵੈਣ ਖਾਦੀ ਨਾ ਬੜਾ ਫਰਕ ਪਿਆ ਤੇ ਹੁਣ ਠੀਕ ਲੱਗਣ ਡਿਆ ਤੇ ਠੀਕ ਆ ਇਹਦੇ ਵਿੱਚ ਮੈਨੂੰ ਦੱਸਣ ਵਾਲੀ ਕਿਹੜੀ ਗੱਲ ਆ ਚੱਲਿਆ ਮੈਂ ਗੋਡੀ ਕਰ ਦਿੰਦਾ ਮੈਂ ਤੂੰ ਆ ਚੁੱਕ ਲਾ ਕੂੜਾ ਕਾੜਾ ਜਾ ਮੈਂ ਗੋਡ ਦਿੰਦਾ ਥਾਂ ਕੋਈ ਨਹੀਂ ਇੰਨਾ ਜ਼ਿਆਦਾ ਨਹੀਂ ਆ ਥੋੜ੍ਹਾ ਹੀ ਆ ਮੈਂ ਆਪੇ ਕਰ ਲੈਂਦੀ ਕੰਮ ਜਿਹੜਾ ਹੈਗਾ ਮੇਰਾ ਤੂੰ ਗੁੱਸਾ ਕੀਤਾ ਮੈਨੂੰ ਲੱਗਦਾ ਹਨਾ ਗੁੱਸਾ ਕੀਤਾ ਨਾ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਕਿਸੇ ਦੇ ਨਾਲ ਨਾਲੇ ਨਾ ਹੁਣ ਬਹੁਤਾ ਮਿੱਠਾ ਪਿਆਰਾ ਬਣਨ ਦੀ ਲੋੜ ਨਹੀਂ ਆ ਮੈਨੂੰ ਪਤਾ ਵਾ ਮੈਂ ਉੱਦਾਂ ਵੀ ਇੱਕ ਲੈਣੀ ਆ ਮੈਨੂੰ ਸਾਰੇ ਆਉਂਦੇ ਆ ਕਿ ਮੈਂ ਕਾਲੀ ਜ਼ਬਾਨ ਵਾਲੀ ਆ ਮੈਂ ਇੱਕ ਲੈਣੀ ਆ ਤੇ ਤੂੰ ਕਹਿਤਾ ਤੇ ਮੈਂ ਗੁੱਸਾ ਕਾਹ ਤੂੰ ਤੇਰਾ ਕਰਨਾ ਵਾ ਮੈਂ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਜਿਹੜੇ ਤਰੀਕੇ ਨਾਲ ਬਬਲੂ ਨੇ ਕਹਿਤਾ ਵਾ ਗਲਤ ਸੁਣ ਹੈਲੋ ਆਂਟੀ ਨੇ ਕਲਾਸ ਲਾਈ ਨਾ ਹੁਣੇ ਤੇਰੀ ਹਨਾ ਅੱਜ ਨਵੀਂ ਨਹੀਂ ਲਾਈ ਰੋਜ਼ ਲੱਗਦੀ ਆ ਚੱਲ ਮੈਂ ਸਮਝਦਾ ਆ ਪਰ ਹੁਣ ਉਹਦਾ ਗੁੱਸਾ ਮੇਰੇ ਤੇ ਨਾ ਕੱਢ ਹੈ ਦੋ ਜਣੇ ਰਲ ਕੇ ਕਰ ਲੈਂਦੇ ਆ ਕੰਮ ਫਿਰ ਕੀ ਆ ਮੈਂ ਤੈਨੂੰ ਕਿਹਾ ਨਾ ਕਿ ਚਲ ਜਾ ਇੱਥੋਂ ਮੈਂ ਜੋ ਕਾਲੀ ਜ਼ਬਾਨ ਵਾਲੀ ਤੂੰ ਆ ਬਾਬਾ ਗਲਤੀ ਹੋ ਗਈ ਮਾਫੀ ਦੇ ਦੇ ਮੈਂ ਉਂਝ ਵੀ ਬਲਛਣੀ ਆ ਕਲੈਣੀ ਆ ਮੈਂ ਮੇਰੇ ਮੇਰਾ ਸਾਇਆ ਜਿਹੜਾ ਨਾ ਬੜਾ ਮਾੜਾ ਵਾ ਜਿਹਦੇ ਉੱਤੇ ਵੀ ਪੈਂਦਾ ਨਾ ਉਹ ਦੁੱਖਾਂ 'ਚ ਹੀ ਰਹਿੰਦਾ ਵਾ ਤੇ ਇਸ ਕਰਕੇ ਮੇਰੇ ਤੋਂ ਪਰੇ ਰਹਿ ਇਹ ਨਾ ਹੋਵੇ ਤੇਰੇ 'ਤੇ ਵੀ ਪੈ ਜੇ ਨਹੀਂ ਕੋਈ ਗੱਲ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਉਦਾਂ ਨਾ ਦੁਖੀ ਬੰਦੇ ਨੂੰ ਵੀ ਕਦੀ ਮਜ਼ਾਕ ਨਹੀਂ ਕਰਨਾ ਚਾਹੀਦਾ ਮੈਂ ਤਾਂ ਬਬਲੂ ਨਾਲ ਸਹਿ ਸੁਭਾਏ ਗੱਲ ਕੀਤੀ ਸੀ ਅਤੇ ਉਹਨੇ ਪਾਗਲ ਨੇ ਜਾ ਕੇ ਸਿੱਧੀ ਗੱਲ ਵਾਹਤੀ ਇਹ ਤਾਂ ਅੱਗੇ ਦੁੱਖਾਂ ਦੀ ਮਾਰੀ ਆ ਅਤੇ ਮੇਰੀ ਗੱਲ ਨੇ ਇਹਦਾ ਹੋਰ ਦਿਲ ਦਿਖਾਤਾ ਪਰ ਵਿੱਕੀ ਸਿਆਂ ਅੱਜ ਤੋਂ ਬਾਅਦ ਉਹਨੂੰ ਕਦੀ ਵੀ ਮਜ਼ਾਕ ਨਾ ਕਰੀ ਜਿੰਨੇ ਦੁੱਖ ਸੀ ਇਹ ਆਪਣੀ ਜ਼ਿੰਦਗੀ ਵਿੱਚ ਕੱਟਣ ਡੀ ਆ ਰੱਬ ਇੰਨੇ ਦੁੱਖ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ